ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਇੰਸਪੈਕਟਰ ਸੁਨੀਲ ਕੁਮਾਰ, SHO ਸਿਟੀ ਮਰਿੰਡਾ ਜੁਆਇਨ ਕੀਤਾ ਜੀ। ਅਤੇ ਮੇਰੀ ਸ਼ਹਿਰ ਵਾਸੀਆਂ ਨੂੰ ਇੱਕ ਅਪੀਲ ਹੈ ਵੀ ਆਪਣਾ ਜਿਹੜਾ ਸ਼ਹਿਰ ਦੇ ਵਿੱਚ ਟ੍ਰੈਫਿਕ ਦਾ ਹੈ, ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਲਈ ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਪਊਗੀ। ਜਿਵੇਂ ਕਰਨ ਚੌਂਕ ਬੱਸ ਸਟੈਂਡ ਕੋਲ ਜਿਹੜੀ ਹੈਗੀ, ਆਪਾਂ ਟ੍ਰੈਫਿਕ ਸੁਧਾਰ ਕਰਨ ਲਈ ਕੋਈ ਨਵਾਂ ਉਪਰਾਲਾ ਕਰਾਂਗੇ, ਜਿਹਦੇ ਲਈ ਤੁਸੀਂ ਮੇਰੇ ਨਾਲ ਰਲ ਕੇ ਚੱਲਣਾ। ਅਤੇ ਦੂਜੀ ਗੱਲ, ਆਪਾਂ ਇੱਕ ਜਿਹੜੇ ਨਸ਼ੇ ਦੇ ਖਿਲਾਫ ਇੱਕ ਬੜੀ ਮਤਲਬ ਤਨਦੇਹੀ ਨਾਲ ਸਾਰਿਆਂ ਨੇ ਕੰਮ ਕਰਨਾ। ਅਸੀਂ ਇੱਕ ਦੋ ਨੰਬਰ ਜਾਂ ਵਟਸਐਪ ਦੇ ਨੰਬਰ ਕੋਈ ਜਾਰੀ ਕਰਾਂਗੇ, ਜਿਹਦੇ ਵਿੱਚ ਤੁਸੀਂ ਸਾਨੂੰ ਇਨਫੋਰਮੇਸ਼ਨ ਦਿਆ ਕਰੋਗੇ, ਅਤੇ ਅਸੀਂ ਉਸ ਹਿਸਾਬ ਨਾਲ ਜਿਹੜੀ ਹੈ ਉਹਦੇ 'ਤੇ ਕਾਰਵਾਈ ਕਰਿਆ ਕਰਾਂਗੇ, ਵੈਰੀਫਾਈ ਕਰਕੇ ਫੈਕਟ ਕਰਕੇ ਉਸ ਹਿਸਾਬ ਨਾਲ ਉਹ 'ਤੇ ਕਾਰਵਾਈ ਕੀਤੀ ਜਾਊਗੀ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਇੰਸਪੈਕਟਰ ਸੁਨੀਲ ਕੁਮਾਰ, SHO ਸਿਟੀ ਮਰਿੰਡਾ ਜੁਆਇਨ ਕੀਤਾ ਜੀ। ਅਤੇ ਮੇਰੀ ਸ਼ਹਿਰ ਵਾਸੀਆਂ ਨੂੰ ਇੱਕ ਅਪੀਲ ਹੈ ਵੀ ਆਪਣਾ ਜਿਹੜਾ ਸ਼ਹਿਰ ਦੇ ਵਿੱਚ ਟ੍ਰੈਫਿਕ ਦਾ ਹੈ, ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਲਈ ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਪਊਗੀ। ਜਿਵੇਂ ਕਰਨ ਚੌਂਕ ਬੱਸ ਸਟੈਂਡ ਕੋਲ ਜਿਹੜੀ ਹੈਗੀ, ਆਪਾਂ ਟ੍ਰੈਫਿਕ ਸੁਧਾਰ ਕਰਨ ਲਈ ਕੋਈ ਨਵਾਂ ਉਪਰਾਲਾ ਕਰਾਂਗੇ, ਜਿਹਦੇ ਲਈ ਤੁਸੀਂ ਮੇਰੇ ਨਾਲ ਰਲ ਕੇ ਚੱਲਣਾ। ਅਤੇ ਦੂਜੀ ਗੱਲ, ਆਪਾਂ ਇੱਕ ਜਿਹੜੇ ਨਸ਼ੇ ਦੇ ਖਿਲਾਫ ਇੱਕ ਬੜੀ ਮਤਲਬ ਤਨਦੇਹੀ ਨਾਲ ਸਾਰਿਆਂ ਨੇ ਕੰਮ ਕਰਨਾ। ਅਸੀਂ ਇੱਕ ਦੋ ਨੰਬਰ ਜਾਂ ਵਟਸਐਪ ਦੇ ਨੰਬਰ ਕੋਈ ਜਾਰੀ ਕਰਾਂਗੇ, ਜਿਹਦੇ ਵਿੱਚ ਤੁਸੀਂ ਸਾਨੂੰ ਇਨਫੋਰਮੇਸ਼ਨ ਦਿਆ ਕਰੋਗੇ, ਅਤੇ ਅਸੀਂ ਉਸ ਹਿਸਾਬ ਨਾਲ ਜਿਹੜੀ ਹੈ ਉਹਦੇ 'ਤੇ ਕਾਰਵਾਈ ਕਰਿਆ ਕਰਾਂਗੇ, ਵੈਰੀਫਾਈ ਕਰਕੇ ਫੈਕਟ ਕਰਕੇ ਉਸ ਹਿਸਾਬ ਨਾਲ ਉਹ 'ਤੇ ਕਾਰਵਾਈ ਕੀਤੀ ਜਾਊਗੀ। ਧੰਨਵਾਦ।